ਦੋਸਤੋ ਪੰਜਾਬ ਦੇ ਵਿੱਚ ਨਾ ਬੜੀਆਂ ਪੁਰਾਣੀਆਂ ਕਹਾਵਤਾਂ ਚੱਲਦੀਆਂ ਬੜਾ ਠੁਕਦੀਆਂ ਨੇ ਉਹ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਠੁਕਦੀਆਂ ਨੇ ਇੱਕ ਚੋਰ ਉਤੋਂ ਚਤੁਰ ਉਹ ਕੀ ਕਹਿੰਦੇ ਹੁੰਦੇ ਆ ਕਿ ਇੱਕ ਚੋਰੀ ਅਤੇ ਉਤੋਂ ਸੀਨਾ ਚੋਰੀ ਪੰਜਾਬ ਦੇ ਕਿਸਾਨਾਂ ਦੀ ਪਿਛਲੇ 1 ਮਹੀਨੇ ਤੋਂ ਪੰਜਾਬ ਵਿੱਚ ਖੁੱਲ੍ਹ ਕੇ ਲੁੱਟ ਹੋਈ ਆ ਔਰ ਹਜ਼ਾਰਾਂ ਕਰੋੜਾ ਰੁਪਏ ਦੇ ਕਿਸਾਨਾਂ ਦਾ ਨੁਕਸਾਨ ਹੋਇਆ ਐਮਐਸਪੀ ਤੋਂ ਥੱਲੇ ਕਿਸੇ ਨੇ 300 ਕਿਸੇ ਨੇ 400 ਕਿਸੇ ਨੇ 500 ਰੁਪਏ ਕੁਇੰਟਲ ਤੱਕ ਛੋਨੇ ਦਾ ਜਿਹੜਾ ਉਹਨਾਂ ਨੂੰ ਮਜਬੂਰਨ ਸ਼ੈਲਰ ਵਾਲਿਆਂ ਨੂੰ ਆਪਣੀ ਫਸਲ ਵੇਚਣੀ ਪਈ ਆ ਤੇ ਭਗਵੰਤ ਮਾਨ ਦੀ ਸਰਕਾਰ ਸੁੱਤੀ ਹੋਈ ਆ ਜਿਹੜਾ ਕੰਮ ਇਹਨਾਂ ਨੂੰ 3-4 ਮਹੀਨੇ ਪਹਿਲਾਂ ਉੱਠ ਕੇ ਜਾਗ ਕੇ ਔਰ ਭਾਜਪਾ ਦੀ ਗਵਰਨਮੈਂਟ ਨਾਲ ਕੇਂਦਰ ਚ ਗੱਲ ਕਰਕੇ ਸਾਰੇ ਗੋਦਾਮ ਖਾਲੀ ਕਰਾਉਣੇ ਚਾਹੀਦੇ ਸੀਗੇ ਪੰਜਾਬ ਦੇ ਸ਼ੈਲਰਾਂ ਨਾਲ ਬੈਠ ਕੇ ਐਗਰੀਮੈਂਟ ਕਰਕੇ ਔਰ ਸਮੂਥ ਪ੍ਰੋਕਿਊਰਮੈਂਟ ਜਿਵੇਂ ਮਗਰਲੀਆਂ ਸਰਕਾਰਾਂ ਅਕਾਲੀ ਚਾਏ ਕਾਂਗਰਸੀਆਂ ਕਰਦੀਆਂ ਰਹੀਆਂ ਉਸ ਤਰ੍ਹਾਂ ਕਰਨੀ ਚਾਹੀਦੀ ਸੀ ਉਹ ਤਾਂ ਇਹਨਾਂ ਨੇ ਕੀਤਾ ਨਹੀਂ ਤੇ ਹੁਣ ਜਦੋਂ ਦੇਖਿਆ ਕਿ ਪੰਜਾਬ ਦੇ ਵਿੱਚ ਲੋਕਾਂ ਨੇ ਜੁੱਤੀ ਲਾਈ ਹੋਈ ਆ ਔਰ ਧਰਨੇ ਵੱਜ ਰਹੇ ਨੇ ਔਰ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਤੇ ਆ ਕੱਲ ਕੇ ਪਰਸੋ ਇੱਕ ਦਿਖਾਵਾ ਕਰਨ ਵਾਸਤੇ ਇੱਕ ਡਰਾਮਾ ਕਰਨ ਵਾਸਤੇ ਇੱਕ ਧਰਨਾ ਦੇ ਦਿੱਤਾ ਜੀ ਬੀਜੇਪੀ ਦੇ ਦਫਤਰ ਦੇ ਬਾਹਰ ਚੰਡੀਗੜ੍ਹ ਪਾਣੀ ਦੀਆਂ ਬੁਛਾੜਾਂ ਖਾਲੀਆਂ ਫੋਟੋਆਂ ਖਿਚਵਾਲੀਆਂ ਔਰ ਪੱਗਾਂ ਲਵਾ ਲੀਆਂ ਹਾਲਾਂਕਿ ਪੱਗਾਂ ਦੀ ਵੀ ਬੇਫਕੂਫੀ ਹੈ ਅਗਰ ਲੱਥੀਆਂ ਨੇ ਤੇ ਇਹਨਾਂ ਦੀ ਬੇਫਕੂਫੀ ਕਰਕੇ ਲੱਥੀਆਂ ਨੇ ਉਹਦੀ ਕੋਈ ਲੋੜ ਨਹੀਂ ਸੀਗੀ ਬੀਜੇਪੀ ਦਾ ਰੁਈਆ ਪੰਜਾਬ ਦੇ ਖਿਲਾਫ ਹੋ ਤਾਂ ਸ਼ਰਯਾਮ ਸਪਸ਼ਟ ਹੈ ਸਾਨੂੰ ਪਤਾ ਵਾ ਲੇਕਿਨ ਤੁਸੀਂ ਦੱਸੋ ਕਿ ਤੋ ਤੁਹਾਡੀ ਜਿਹੜੀ ਜ਼ਿੰਮੇਵਾਰੀ ਸੀ ਕਿਸਾਨਾਂ ਦੀ ਫਸਲ ਚੱਕਣ ਦੀ ਤੁਸੀਂ ਕੀ ਕੀਤਾ? ਬੀਜੇਪੀ ਨੂੰ ਤਾਂ ਲੋਕਾਂ ਨੇ ਵੋਟਾ ਥੋੜੋ ਪਾਈਆਂ ਨੇ। ਬੀਜੇਪੀ ਨੂੰ ਤਾਂ ਪੰਜਾਬ 'ਚ ਹਮੇਸ਼ਾ ਹਰਾ ਕੇ ਭੇਜਿਆ ਹੋਇਆ 21 ਸੀਟਾਂ ਹੀ ਦਿੱਤੀ ਗਈ। ਲੇਕਿਨ ਜਿਹੜੀਆਂ 92 ਸੀਟਾਂ ਤੁਹਾਨੂੰ ਦਿੱਤੀਆਂ ਸਰਕਾਰ ਬਣਾਈ ਤੁਸੀਂ ਇੱਕ ਪੂਰਾ ਮਹੀਨਾ ਇੱਕ ਪਾਸੇ ਦੀਵਾਲੀ ਦਾ ਤਿਉਹਾਰ ਚੱਲ ਰਿਹਾ ਵਾ। ਇੱਕ ਪਾਸੇ ਸਾਡੇ ਕਿਸਾਨ ਮੰਡੀਆਂ ਵਿੱਚ ਬੈਠੇ ਹਤਾਸ਼ ਨੇ, ਲੇਬਰ ਵਿਚਾਰੀ ਗਰੀਬ ਆਦਮੀ ਹਤਾਸ਼ ਨੇ ਆੜਤੀਏ ਪਰੇਸ਼ਾਨ ਨੇ। ਲੇਕਿਨ ਇਸ ਦਾ ਕੋਈ ਹੱਲ ਨਹੀਂ ਕੀਤਾ। ਔਰ ਕੇਂਦਰ ਸਰਕਾਰ ਨੇ 43000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਸੈਪਟੰਬਰ ਦੇ ਮਹੀਨੇ ਪਹਿਲਾਂ ਇੱਥੇ ਪੰਜਾਬ ਦੇ ਖਾਤੇ ਚ ਫਾਤੀ ਸੀ ਭਾਵ ਕਿ ਇੱਕ ਇੱਕ ਦਾਣਾ ਦਾ ਦੇ ਮਿਨਿਮਮ ਸਪੋਰਟ ਪ੍ਰਾਈਸ ਦੇ ਪੈਸੇ ਦੇਣ ਦਾ ਪ੍ਰਬੰਧ ਭਗਵੰਤਪਾਨ ਸਰਕਾਰ ਕੋਲ ਸੀਗਾ ਲੇਕਿਨ ਕਿਉਂਕਿ ਆਪਾਂ ਨਟਕੀਆਂ ਚ ਬਿਜ਼ੀ ਆ ਆ ਫਜ਼ੂਲ ਦੇ ਧਰਨੇ ਮੁਜਾ ਰਹਿਆਂ ਵਿੱਚ ਦਿਖਾਵੇ ਵਿੱਚ ਪੋਸਟਰ ਬਾਜੀ ਚ ਇਸ਼ਤਿਹਾਰਾਂ ਚ ਤੇ ਆਪਾਂ ਪੰਜਾਬ ਦੇ ਕਿਸਾਨ ਦੀ ਲੁੱਟ ਹੋਣ ਦਿੱਤੀ 185 ਲੱਖ ਮੈਟ੍ਰਿਕ ਟਨ ਫਸਲ ਪੰਜਾਬ ਦੀ ਇਸ ਵਾਰ ਆਈ ਹੈ ਮੰਡੀਆਂ ਦੇ ਵਿੱਚ ਅਗਰ 10 ਪੈਸੇ ਵੀ 10% ਵੀ ਮਿਨਿਮਮ ਸਪੋਰਟ ਪ੍ਰਾਈਸ ਤੋਂ ਪੈਸੇ ਘੱਟ ਮਿਲਣ ਕਿਸਾਨਾਂ ਨੂੰ ਤੇ 5000 ਕਰੋੜ ਰੁਪਏ ਦੇ ਪੰਜਾਬ ਦੇ ਕਿਸਾਨ ਦੀ ਲੁੱਟ ਹੋਈ ਆ ਇਹ ਬਹੁਤ ਵੱਡੀ ਲੁੱਟ ਆ ਇਸ ਲਈ ਔਰ ਆ ਜਿਹੜਾ ਧਰਨਾ ਸੀ ਉਹ ਕੀ ਕਹਿੰਦੇ ਹੁੰਦੇ ਚੀਚੀ ਨੂੰ ਖੂਨ ਲਾ ਕੇ ਤੇ ਸ਼ਹੀਦ ਬਣਨ ਚੱਲਿਆ ਜਿਹੜੇ 30 ਸੈਕਿੰਡ ਵਾਲਾ ਧਰਨਾ ਮਾਰਿਆ ਸੀ ਨੇ ਦਿੱਲੀ ਬਿਲਕੁਲ ਉਹੀ ਡਰਾਮਾ ਫਿਰ ਰਿਪੀਟ ਕੀਤਾ ਚੰਡੀਗੜ੍ਹ ਇਹ ਬੰਦ ਕਰੋ ਅਸੀਂ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਪੰਜਾਬ ਸਰਕਾਰ ਦੀ ਭਗਵੰਤ ਮਾਨ ਦੀ ਤੈਅ ਕੀਤੀ ਹੋਈ ਆ ਚਾਹੇ ਉਹ ਕਿਸਾਨ ਝੋਨੇ ਦੀ ਖਰੀਦ ਆ ਚਾਹੇ ਹੋ 1 4 ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਮਸਲਾ ਵਾ ਚਾਹੇ ਉਹ ਪੰਜਾਬ ਦੇ ਜ਼ਮੀਨ ਥੱਲੇ ਧਰਤੀ ਦਾ ਪਾਣੀ ਗੰਦਲਾ ਤੇ ਡੂੰਗਾ ਹੁੰਦਾ ਜਾ ਰਿਹਾ ਉਸ ਦਾ ਮਸਲਾ ਵਾ ਚਾਹੇ ਉਹ ਪਾਕਿਸਤਾਨ ਨਾਲ ਕਿਵੇਂ ਬਾਰਡਰ ਖੁੱਲਣਾ ਵਾ ਤੇ ਪੰਜਾਬ ਦਾ ਕਿਸਾਨ ਤੇ ਇੰਡਸਟਰੀ ਕਿਵੇਂ ਜਿਹੜੀ ਆ ਉਹ ਤਰੱਕੀ ਕਰ ਸਕਦੀ ਆ ਤੇ ਚਾਹੇ ਗੈਰ ਪੰਜਾਬੀਆਂ ਦਾ ਪੰਜਾਬ ਵਿੱਚ ਬਿਨਾਂ ਕਿਸੇ ਕਾਨੂੰਨ ਤੋਂ ਆਉਣਾ ਧੜਾ ਧੜ ਇਹ ਸਾਰੇ ਮਸਲੇ ਜਿਹੜੇ ਸੀਗੇ ਇਹਦੇ ਤੇ ਤੁਹਾਡੀ ਜ਼ਿੰਮੇਵਾਰੀ ਪੈਂਦੀ ਤੁਸੀਂ ਕਿਸੇ ਹੋਰ ਤੇ ਓਨਸ ਨਹੀਂ ਪਾਸ ਕਰ ਸਕਦੇ ਆ ਜਿਹੜਾ ਡਰਾਮਾ ਕੀਤਾ ਇਸ ਤਰ੍ਹਾਂ ਦੇ ਡਰਾਮੇ ਬੰਦ ਕਰੋ ਮੈਂ ਪੰਜਾਬ ਦੇ ਸਮੂਹ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਇਹਨਾਂ ਦੀ ਸਾਰੀ ਨਟੰਕੀ ਚੁਟਕਲੇ ਆ ਸਭ ਕੁਝ ਦੇਖ ਲਿਆ ਵਾ ਔਰ ਅੱਧੇ ਤੋਂ ਜ਼ਿਆਦਾ ਸਮਾਂ ਇਹਨਾਂ ਨੇ ਇਦਾਂ ਹੀ ਪਾਸ ਕਰ ਦਿੱਤਾ ਪਿਛਲੇ 2.5 ਸਾਲਾਂ ਵਿੱਚ ਇੱਕ ਨਵਾਂ ਪੈਸਾ ਪੰਜਾਬ ਦੇ ਪਿੰਡਾਂ 'ਚ ਕਿਸੇ ਤਰ੍ਹਾਂ ਵਿਕਾਸ ਵਾਸਤੇ ਨਹੀਂ ਗਿਆ ਜਿਹੜੀ ਪੰਚਾਇਤਾਂ ਦੀ ਲੁੱਟ ਹੋਈ ਉਹ ਅਲੱਗ ਦਾ ਹੋਈ ਆ ਇਸ ਲਈ ਮੈਂ ਤਾਂ ਤੁਹਾਨੂੰ ਅਪੀਲ ਕਰੂੰਗਾ ਕਿ ਚਾਰ ਜਿਮਨੀ ਚੋਣਾਂ ਆ ਰਹੀਆਂ ਤੁਹਾਡੇ ਕੋਲ ਮੌਕਾ ਆ ਰਿਹਾ ਇਹਨਾਂ ਚਾਰੀ ਚਾਰਾ ਇਹਨਾਂ ਚਾਰੇ ਜਿਮਨੀ ਚੋਣਾਂ ਵਿੱਚ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਇਸ ਮੌਜੂਦਾ ਨਲਾਇਕ ਸਰਕਾਰ ਨੂੰ ਹਰਾਓ ਗਣੀਆਂ ਨਾਲੀਆਂ ਦੀ ਰਾਜਨੀਤੀ ਮਤ ਦੇਖੋ ਲਾਰਜਰ ਇਸ਼ੂਸ ਜੇ ਪੰਜਾਬ ਨੂੰ ਦਰਪੇਸ਼ ਨੇ ਚੁਣੌਤੀਆਂ ਉਹਨਾਂ ਨੂੰ ਦੇਖ ਕੇ ਆਪਣੀ ਵੋਟ ਦਾ ਇਸਤੇਮਾਲ ਕਰੋ ਸੋ ਇੱਕ ਵਾਰ ਫਿਰ ਮੈਂ ਪੰਜਾਬ ਸਰਕਾਰ ਦੀ ਵਿਖੇਤੀ ਕਰਦਾ ਔਰ ਨਿੰਦਿਆ ਕਰਦਾ ਹਾਂ ਕਿ ਜੋ ਸਾਡੇ ਕਿਸਾਨਾਂ ਦਾ ਤੁਸੀਂ ਸ਼ੋਸ਼ਣ ਕੀਤਾ ਔਰ ਇੱਕ ਮਹੀਨਾ ਉਹਨਾਂ ਨੂੰ ਖੱਜਲ ਖੁਆਰ ਕੀਤਾ ਤੇ 400-500 ਰੁਪਏ ਪ੍ਰਤੀ ਕੁਇੰਟਲ ਦਾ ਪੈਸੇ ਕੱਟ ਦਿੱਤੇ ਇੱਕ ਇੱਕ ਪੈਸਾ ਦੇਣ ਤੇ ਤੁਸੀਂ ਪਾਬੰਦ ਹੋ ਤੁਹਾਡੀਆਂ ਵੀਡੀਓਜ਼ ਨੇ ਸੋਸ਼ਲ ਮੀਡੀਆ ਤੇ ਕਿ ਅਸੀਂ ਬਾਈ ਫਸਲਾ ਦੇ ਐਮਐਸਪੀ ਦੇ ਕੇ ਕਲੀ ਕਲੀ ਫਸਲ ਚੱਕਿਆ ਕਰਾਂਗੇ ਚਾਹੇ ਤੁਸੀਂ ਬੋਨਸ ਦਿਓ ਚਾਹੇ ਕੇਂਦਰ ਦਾ ਮਿੰਟ ਕੱਢੋ ਕਿਸੇ ਤਰੀਕੇ ਨਾਲ ਕੱਢ ਕੇ ਸਾਡੇ ਕਿਸਾਨਾਂ ਨੂੰ ਜੋ ਮਿਨੀਮਮ ਸਪੋਰਟ ਪ੍ਰਾਈਸ 2320 ਰੁਪਏ ਜਾਂ ਜਿੰਨੀ ਵੀ ਰੇਟ ਫਿਕਸ ਹੋਇਆ ਉਹ ਮੁਕੰਮਲ ਪੈਸਾ ਪੰਜਾਬ ਦੇ ਕਿਸਾਨਾਂ ਦੇ ਖਾਤੇ ਵਿੱਚ ਜਾਣਾ ਚਾਹੀਦਾ